ਉਧਰ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਖੁਸ਼ੀ ਜਤਾਉਂਦੇ ਹੋਏ ਜਿੱਥੇ ਇਸ ਨੂੰ ਕਾਂਗਰਸ ਤੇ ਆਪ ਪਾਰਟੀ ਦਾ ਲੋਕਾਂ ਦੇ ਵੱਲੋਂ ਬਾਈਕਾਟ ਕਰਨਾ ਦੱਸਿਆ ਉੱਥੇ ਹੀ ਬੀਬੀ ਜਾਗੀਰ ਕੌਰ ਨੇ ਖਡੂਰ ਸਾਹਿਬ ਹਲਕੇ ਦੀ ਜਿੱਤ ਨੂੰ ਮਹਿਲਾ ਵਿੰਗ ਦਾ ਨਤੀਜਾ ਦੱਸਿਆ। ਖਡੂਰ ਸਾਹਿਬ ਦੀ ਜਨਤਾ ਨੂੰ ਮੈਂ ਵਧਾਈ ਦੇਣਾ ਚਾਹੁੰਦਾ। ਕਾਂਗਰਸ ਤੇ ਆਪ ਆਦਮੀ ਪਾਰਟੀ ਨੇ ਬਾਈਕਾਟ ਕੀਤਾ ਸੀ ਕਿ ਸੋਚਦੇ ਸੀ ਕਿ ਲੋਕੀ ਬਾਈਕਾਟ ਕਰਨਗੇ, ਪਰ ਉਸ ਇਲਾਕੇ ਦੀ ਜਨਤਾ ਨੇ ਉਹਨਾਂ ਨੂੰ ਬਾਈਕਾਟ ਕਰਤਾ। 58% ਪੋਲਿੰਗ ਹੋਈ ਹੈ ਐਂਡ 85,000 ਵੋਟ ਅਕਾਲੀ ਦਲ ਨੂੰ ਮਿਲੀ ਹੈ ਐਂਡ ਜਿਹਦੇ 65,000 ਦੀ ਦਿਸ ਇਜ਼ ਅ ਕਲੀਅਰ ਵਰਡਿਕਟ ਪੀਪਲ ਆਫ ਦ ਹੈਵ ਗਿਵਨ ਅ ਡਿਸਾਈਸਿਵ ਵਰਡਿਕਟ ਦਿੱਤਾ ਉਹਨਾਂ ਲੋਕਾਂ ਨੇ ਜਨਤਾ ਨੇ ਵਰਡਿਕਟ ਆਈ ਆਈ ਰਿਜ਼ਲਟ ਹੈ ਜੇ 2017 ਚੋਣੇ ਹੈ ਕਿਉਂਕਿ ਜਨਤਾ ਨੇ ਕੰਮ ਦੇਖੇ ਹੈ ਡਿਵੈਲਪਮੈਂਟ ਦੇਖੀ ਹੈ ਚਾਰੋਂ ਤਰਫ ਸਾਡਾ ਇਕੱਲਾ ਮੁੱਦਾ ਡਿਵੈਲਪਮੈਂਟ ਹੈ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਆਪਣੇ ਚਾਰੋਂ ਤਰਫ ਦੇਖੋ ਜੋ ਕੰਮ ਅਸੀਂ ਕਰ ਦਿੱਤੇ 10 ਸਾਲਾਂ 'ਚ ਇਹ ਜਾਂ ਅੱਜ ਤੱਕ ਪਿਛਲੇ 20-30 ਸਾਲਾਂ 'ਚ ਸਰਕਾਰਾਂ ਨਹੀਂ ਕਰ ਸਕੀਆਂ ਅਸੀਂ ਆਪਣੇ ਪਰਫੋਰਮੈਂਸ ਬੇਸ 'ਤੇ ਗੱਲ ਕਰਿਆ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਸਾਡੇ ਖਿਲਾਫ਼ ਬਗੈਰ ਇਕੱਲੇ ਝੂਠ ਬੋਲਣ 'ਤੇ ਦੋ ਗੱਲਾਂ ਕਹਿੰਦੇ ਆ ਇੱਕ ਤਾਂ ਖਜ਼ਾਨਾ ਖਾਲੀ ਹੈ ਜੇ ਖਜ਼ਾਨਾ ਖਾਲੀ ਹੋਏ ਤਾਂ ਆਹ ਚੀਜ਼ਾਂ ਨਹੀਂ ਬਣਨੀਆਂ ਸੀ ਇੰਨੀਆਂ ਸੜਕਾਂ ਨਹੀਂ ਬਣਨੀਆਂ ਸੀ ਇੰਨੀ ਡਿਵੈਲਪਮੈਂਟ ਨਹੀਂ ਹੋਣੀ ਸੀ ਦੂਜੀ ਗੱਲ ਕਹਿੰਦੇ ਨਸ਼ੇ 70% ਆਬਾਦੀ ਨਸ਼ੇ 'ਚ ਹੈ ਹੁਣ ਤਾਂ ਗਵਰਨਮੈਂਟ ਆਫ ਇੰਡੀਆ ਨੇ ਅਤੇ ਆਲ ਇੰਡੀਆ ਐਂਡ ਮੈਡੀਕਲ ਇੰਸਟੀਟਿਊਟ ਨੇ ਵੀ ਸਰਵੇ 'ਚ ਦੱਸ ਦਿੱਤਾ ਕਿ 70% ਦੀ ਐਡਾ ਵੱਡਾ ਝੂਠ ਸੀ ਅਦਾ ਪੁਆਇੰਟ ਸਮ ਪੁਆਇੰਟ 1% ਤੋਂ ਵੀ ਘੱਟ 0.6 ਮਸਾਂ ਲੋਕਾਂ ਨਸ਼ਾ ਲੈਂਦੇ ਆ ਵਿਚ ਇਜ਼ ਦਾ ਲੋਐਸਟ ਮਿਲਦਾ ਇਨ ਦਾ ਹੋਲ ਕੰਟਰੀ ਜਦੋਂ ਤੋਂ ਇਸਤਰੀ ਵਿੰਗ ਬਣਿਆ ਦਿੱਲੀ ਦੀ ਚੋਣ ਵਿੱਚ ਧੂਰੀ ਦੀ ਚੋਣ ਵਿੱਚ ਤਲਵੰਡੀ ਸਾਬੋ ਦੀ ਚੋਣ ਵਿੱਚ ਅਤੇ ਖਡੂਰ ਸਾਹਿਬ ਦੀ ਚੋਣ ਦੇ ਵਿੱਚ ਜਿੰਨਾ ਉਤਸ਼ਾਹ ਇਹਨਾਂ ਵਿੱਚ ਦੇਖਿਆ ਆਪਣੇ ਘਰਾਂ ਨੂੰ ਛੱਡ ਕੇ 24 ਘੰਟੇ ਉੱਥੇ ਜਾ ਕੇ ਇਹਨਾਂ ਪਹਿਰੇਦਾਰੀ ਕੀਤੀ ਔਰ ਡੋਰ ਟੂ ਡੋਰ ਜਾ ਕੇ ਜਿੱਥੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਉੱਥੇ ਨਾਲ ਨਾਲ ਉਹਨਾਂ ਲੋਕਾਂ ਨੂੰ ਇੰਨਾ ਉਤਸ਼ਾਹ ਦਿੱਤਾ ਕਿ ਜਿਹੜੀ ਵੋਟਿੰਗ ਪੋਲਿੰਗ ਸੀ ਅਸੀਂ ਸੋਚਦੇ ਸੀ ਕਿ ਚੋਣ ਦੇ ਵਿੱਚ ਵਿਰੋਧੀ ਧਿਰ ਜਿਹੜਾ ਭੱਜ ਗਿਆ ਵਿਰੋਧੀ ਧਿਰ ਦੇ ਜਾਣ ਦੇ ਉੱਤੇ ਪਤਾ ਨਹੀਂ ਵੋਟਿੰਗ ਘੱਟ ਹੋਵੇ ਜਾਂ ਕਿਸ ਤਰ੍ਹਾਂ ਹੋਵੇ ਪਰ ਮੇਰਾ ਖਿਆਲ ਹੈ ਕਿ ਫਿਰ ਉਸੇ ਇਤਿਹਾਸ ਵਿੱਚ ਰਿਹਾ ਕਿ 58% ਪੋਲਿੰਗ ਜਿਹੜੀ ਹੋਈ ਹੈ ਉਹ ਸਾਰਾ ਬੀਬੀਆਂ ਦੀ ਬਹੁਤ ਵੱਡੀ ਮਿਹਨਤ ਸੀ ਘਰ ਘਰ ਜਾ ਕੇ ਲੋਕਾਂ ਨੂੰ ਉਤਸ਼ਾਹ ਦੇਣਾ।